हाँ जी गुड मॉर्निंग जी सत श्री अकाल मैं कह परी किधर चली गई हाँ जी गुड ऊपर नु कैमरा छत दे नो हो बे वेलकम बैक टू आवर यूट्यूब चैनल लो जी वेलकम बैक टू आवर यूट्यूब चैनल गुड मॉर्निंग सत श्री अकाल सारेयां नु की हाल चाल है सारेयां दा की दिंदे आ मिमिक्री तू मिमिक्री करदी है मेरी ए मेरे स्टाइल आ तैनूं इन्ने पता नहीं तूने देखी मेरे पिंपल उड्डे मेरे भी हो सकते देखी थी ये आप ही हट जाते और जा आ गां तेरे लगी मेरी लगी कोई गल देखो जे मेरे मर जी पिंपल हो जाती है मेरे हट जाती है हो जाती है तेरे वाली मेरे लग गई कि तू मत्था टेक दिया जो होना मैं हो जाए ना कटापा ब्लॉग ए पूरा कटापा होना ऐदा देखो जनाब जी सुते पे ना हो देखने लग पंगा जहा हो ठीक है साली 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 ਹੋਰ ਸੁਣਾ ਫੇ ਕਰਨ ਠੀਕ ਠਾਕ ਠੀਕ ਆ ਚਲ ਅੱਜ ਫੇ ਕੀ ਕਰਨਾ ਆਪਾਂ ਉਹ ਤਾਂ ਕਿਆ ਹੋ ਗਿਆ ਅੱਖਾਂ ਟੈਸਟ ਕਰਾਉਣੀ ਆ ਉਹ ਅੱਜ ਨਹੀਂ ਤੇ ਮੈਂ ਸੌਰੀ ਯਾਰ ਕਰਨ ਸੌਰੀ ਆਪਣੇ ਕੋ ਟਾਈਮ ਹੀ ਨਹੀਂ ਤੇਲੇ ਸਿੱਧੀ ਗੱਲ ਚਲੋ ਠੀਕ ਆ ਠੀਕ ਆ ਤੇ ਹੁਣ ਆਪਾਂ ਮੜਾ ਕੰਮ ਕਰਨਾ ਆ ਕੰਮ ਕੁਮ ਨਵੇੜ ਲਈਏ ਅੱਜ ਸਾਡੀ ਫੇਰ ਛੁੱਟੀ ਅੱਜ ਸਾਡੀ ਜਿਮ ਤੋਂ ਛੁੱਟੀ ਆ ਉਹ ਅੰਮ੍ਰਿਤਸਰ ਗਏ ਹੋਏ ਮੱਥਾ ਟੇਕਣ ਕਹਿਣਾ ਮੱਤਾ ਦਿੰਦੇ ਆ ਜਿਮ ਜਾਓ ਨਹੀਂ ਨਹੀਂ ਜਾਣ ਨੂੰ ਤਾਂ ਕਹਿੰਦੇ ਵੀ ਚੱਲ ਜਾਓ ਅੱਜ ਲਾ ਲਓ ਕੋਈ ਨਹੀਂ ਪਰ ਮੈਂ ਯਾ ਠੀਕ ਨਹੀਂ ਹੈ ਚੰਗੀ ਤਰ੍ਹਾਂ ਸਾਨੂੰ ਫਿਰ ਇਦਾਂ ਪ੍ਰੋਪਰ ਅਸੀਂ ਲਾਉਣੀ ਹੁੰਦੀ ਹੈ ਇਹ ਚੰਗੀ ਤਰ੍ਹਾਂ ਠੀਕ ਨਹੀਂ ਹੈਗਾ ਮੈਂ ਸੋ ਤਾਂ ਕਰੇ ਕੋਈ ਨਹੀਂ ਇੱਕ ਦਿਨ ਰੈਸਟ ਕਰ ਲੈਂਗਾ ਕੱਲ ਮਿਕਸ ਐਕਸਰਸਾਈਜ਼ ਲਾਈ ਜੀ ਫਿਰ ਆਪਾਂ ਸੈੱਟ ਹੁਣ ਸ਼ੁਰੂ ਕਰ ਦੇਣੇ ਕੱਲ ਪਰਸੋਂ ਤੋਂ ਆ ਮਿਕਸ ਲੱਗੋ ਜੀ ਇੱਕ ਦੋ ਦਿਨ ਤਾਂ ਚਲੋ ਕੋਈ ਗੱਲ ਨਹੀਂ ਤੇ ਹੁਣ ਮੈਂ ਮੜਾ ਕੰਮ ਕੁਮ ਨਵੇੜ ਲਾ ਆਪਣਾ ਤੁਸੀਂ ਕਰਨਾ ਮੈਂ ਦੇਖਣਾ ਹੈ ਕੰਮ ਨਵੇੜ ਦੇ ਇਹਨੂੰ ਬੋਲੀ ਤਾਂ ਫਿਰ ਮੈਂ ਤੇਰੇ ਦੰਦ ਵੀ ਮੋਹਦੇ ਆ ਜਿਹੜੇ ਦੋ ਤਿੰਨ ਆ ਇਹਨੇ ਨਾਲੋਂ ਲਾ ਦੇਣੇ ਹੁਣ ਉਹ ਦੇਖੀ ਦਾ ਪਲਾਸ ਨਾਲ चलो ठीक है हम आप काम वे लिए फिर मिलते हैं मैं तो लेके आया सोना लगा पैसे पता कितने लगते हैं कितने का सीगा पता नहीं सात हुन तो 10 दे प्राइस है लोकां नु 7-8000 ਦਾ ਹੀ ਕੁਛ ਮਿਲਦਾ 8000 ਦਾ ਮਿਲਦਾ 8000 ਦਾ ਹੀ ਆਂ ਵਿਦ ਚਾਂਸ ਇਹਦਾ ਧਿਆਨ ਦੇਖਿਓ ਕਿੱਧਰ ਨੂੰ ਆ ਪਤਾ ਕਿੱਧਰ ਨੂੰ ਆ ਬੱਚਾ ਚੁੰਨੀ ਕਰ ਮੈਨੂੰ ਬਣਾ ਦੇ ਕਾਦਾ ਹੀ ਦੇਖੀ ਜਾਂਦਾ ਉਹ ਤੇਰੀ ਹਾਏ ਆ ਗਈ ਹੱਤ ਚੜ ਦੇ ਪੁੱਤ ਆ ਲੈ ਲੈ ਕਬੂਤਰ ਆ ਚਿੱਜੀ ਆ ਵੀ ਚਿੱਜੀ क्या आपको पता है क्या मनाली में बर्फ पड़ रही है बहुत बार पई मम्मी कल मनाली बहुत बार पई ना खबर आज दिखाते थे साड़ी किस्मत माड़ी है दिसंबर पैन होंगी पहली पैगी पर आहो आप हूँ हजे मनाली आए हैं ਉਦੋਂ ਪੈ ਜਾਂਦੀ ਕਿਤੇ ਬਰਫ ਨਹੀਂ ਦੇਖ ਸਕਦੇ ਨਾ ਆਪਾਂ ਆਪਣੀ ਕਿਸਮਤ ਹੈ ਨਹੀਂ ਨਹੀਂ ਦੇਦ ਕੀ ਆਪਾਂ ਦੇਖ ਹੋਣੀ ਬਰਫ ਸੱਜਰੀ ਤੜਕੇ 4 ਵਜੇ ਚੱਲ ਜਾਣਾ ਦੇਖ ਕੱਲੂ ਨਹੀਂ ਅਜੇ ਵੀ ਨਹੀਂ ਦਸੰਬਰ ਚ ਦੇਖਾਂਗੇ ਨਵੰਬਰ ਹੁਣ ਤਾਂ ਬਰਫ ਬਹੁਤ ਪੈਣੀ ਉੱਥੇ ਜੇ ਛੇਤੀ ਪੈਣ ਲੱਗ ਗਈ ਮਤਲਬ ਜ਼ਿਆਦਾ ਪੈਣੀ ਹੈ ਸੋਰੀ ਹਾਂ ਇਦਾਂ ਹੁੰਦੀ ਆ ਬਹੁਤ ਜ਼ਿਆਦਾ ਪੈਣੀ ਆ ਫਿਰ ਜੋ ਸ਼ੁਰੂ ਹੋਣੀ ਰਸਤੇ ਬੰਦ ਸੀ ਬਸ ਉਹੀ ਚੱਕਰ ਹੁੰਦਾ ਨਾ ਜਿਹੜਾ ਉੱਤਰਾਖੰਡ ਵਾਲਾ ਤਾਂ ਵੀ ਹੜ ਆਇਆ ਆ ਉਧਰ ਤਾਂ ਹੜ ਆ ਗਿਆ ਬਹੁਤ ਮੀਂਹ ਪਿਆ ਉਧਰ ਵੀ ਅਸੀਂ ਗਏ ਨਹੀਂ ਨਾ ਤਾਂ ਕਰਕੇ ਨਾ ਤੁਸੀਂ ਤੱਕ ਤੇ ਬਚਾ ਲੈਣਾ ਸੀ ਘਰ ਤੋਂ ਪਹਿਲਾਂ ਵੀ ਸਾਡੀ ਸਲਾਹ ਪਾਉਂਦੀ ਸੀ ਉਧਰ ਦੀ ਉਧਰ ਵੀ ਰਹਿ ਗਿਆ ਸੀਗਾ ਉਧਰ ਉਤਰਾਖੰਡ ਰਹਿ ਗਿਆ ਉਤਰਾਖੰਡ ਥੋੜਾ ਬਰਫ ਪਈ ਆ ਉੱਥੇ ਮੀਂਹ ਆ ਨਹੀਂ ਇੱਥੇ ਬਰਫ ਪਈ ਕਹਿੰਦੀ ਉਦੋਂ ਵੀ ਉੱਥੇ ਮੀਂਹ ਪੈਂਦਾ ਸੀ ਉਦੋਂ ਮੀਂਹ ਪੈਂਦਾ ਸੀ ਉੱਥੇ ਬਹੁਤ ਜ਼ਿਆਦਾ ਪੈਂਦੀ ਆ ਬਹੁਤ ਜ਼ਿਆਦਾ ਹੁੰਦਾ ਕਸ਼ਮੀਰ ਵਾਂਗੂ ਹੀ ਕਿੰਨੀ ਜ਼ਿਆਦਾ ਬਹੁਤ ਜ਼ਿਆਦਾ ਸੰਗ ਗਏ ਉਹ ਵੀ ਕਸ਼ਮੀਰ ਵਾਂਗੂ ਹੁੰਦਾ ਜਿੱਦਾਂ ਚੰਨ ਤੇ ਹੀ ਆ ਵੀ ਦੇਖਾਂਗੇ ਕੋਈ ਨਹੀਂ ਹਾਂਜੀ ਤੇ ਪਹਿਲਾਂ ਬੈਂਕ 'ਚ ਮੰਮੀ ਨਾਲ ਥੋੜਾ ਜਿਹਾ ਕੰਮ ਸੀ ਉਹ ਵੀ ਮੈਂ ਨਿਬੇੜ ਲਿਆ ਫਿਰ ਮੈਂ ਆਇਆ ਸੀ ਫਿਰ ਗੁਰਦੀਪ ਦੇ ਘਰੇ ਜਾਣਾ ਸੀਗਾ ਉਹ ਤਾਂ ਸ਼ਾਫਟ ਲਿਆਉਣੀ ਸੀ ਉਹ ਰੀਪਰ ਲੈ ਕੇ ਗਿਆ ਆਪਣਾ ਉਹ ਰੀਪਰ ਮਾਰੂਗਾ ਅੱਜ
ਤਾਂ ਕਰਕੇ ਤੇ ਉਹਨੇ ਆਪਣੇ ਕੋਲੇ ਖੇਤ ਜਿਹੜੀ ਜ਼ਮੀਨ ਸੀ ਉਹ ਵੀ ਠੇਕੇ ਤੇ ਲੈ ਲਈ ਪਹਿਲਾਂ ਡੈਡੀ ਤੇ ਦੋਨੇ ਮਿੱਤਰ ਮਤਲਬ ਪੱਕੇ ਆ ਉਹ ਉਧਰ ਹੁੰਦਾ ਸੀ ਇੱਧਰ ਹੁੰਦੇ ਸੀ ਹੁਣ ਇਕੱਠੇ ਹੋ ਗਏ ਨਾਲ ਨਾਲ ਹੀ ਇਹ ਖੇਤ ਹੁਣ ਮੈਂ ਡੈਡੀ ਹੁਣ ਖੇਤਾਂ 'ਚ ਰਿਹਾ ਕਰੂਗੇ ਠੀਕ ਆ ਤੇ ਅੱਜ ਮੈਂ ਜਾਣਾ ਤਾਂ ਹੈ ਨਹੀਂ ਜਿੰਮ ਤੇ ਆਪਾਂ ਆਪਣੀ ਛੁੱਟੀ ਹੋ ਗਈ ਤੁਹਾਨੂੰ ਪਤਾ ਜਿੱਦਾਂ ਤੇ ਆਪਾਂ ਅੱਜ ਸੋਚਦੇ ਪਏ ਹਾਂ ਮੈਂ ਸੋਚਦਾ ਪਿਆ ਸੀ ਹੁਣ ਉਹਨਾਂ ਦਾ ਟਰੈਕਟਰ ਦਾ ਕੰਮ ਕਰਾ ਦਈਏ ਜਿਹੜੇ ਬਹੁਤ ਕਮੈਂਟ ਆਉਂਦੇ ਨੇ ਮੋਰੇ ਸਟੀਕਰ ਲਵਾਉਣਾ ਆ ਬੰਪਰ ਤੇ ਦੇਖਦੇ ਹਾਂ ਜਿਹੜਾ ਵੀ ਮਾੜਾ ਮੋਟਾ ਅੱਜ ਲੱਗਦਾ ਹੋਇਆ ਵੀ ਕਰਾ ਦਾਂਗੇ ਨਾਲੇ ਇਹਦੀ ਮੋਡੀਫਿਕੇਸ਼ਨ ਜਿਹੜੀ ਪੂਰੀ ਹੋ ਜੂਗੀ ਸਾਰਿਆਂ ਦੇ ਕਮੈਂਟ ਆਏ ਸੀ ਕਹਿੰਦੇ ਬਾਕੀ ਸਾਰਾ ਕੁਝ ਕਰਾ ਦਿੱਤਾ ਜਿਹੜੀ ਛੋਟੀ ਜਿਹੀ ਚੀਜ਼ ਸੀ ਜਿਹੜੀ ਮੇਨ ਚੀਜ਼ ਸੀ ਜਦੋਂ ਇਹ ਵੀਡੀਓ ਪਾਈ ਸੀਗੀ ਉਹ ਤੁਸੀਂ ਕਰਾਈ ਨਹੀਂ ਮਤਲਬ ਉਹਦੇ ਨਾਲ ਕਹਿੰਦੇ ਲੁੱਕ ਜ਼ਿਆਦਾ ਆਉਂਦੀ ਹੁੰਦੀ ਆ ਦੇਖਦੇ ਹਾਂ ਬੰਪਰ ਤੇ ਕਿਹੜਾ ਸਟਾਈਲ ਜ਼ਿਆਦਾ ਜਾਜੂਗਾ ਸੋ ਅੱਜ ਉਹ ਵਾਲਾ ਕੰਮ ਕਰਾਵਾਂਗੇ ਆਪਾਂ ਹਜੇ ਕੋਈ ਆਇਆ ਹੋਇਆ ਘਰੇ ਅਤੇ ਮਿਲ ਲਈਏ ਬੈਠ ਲਈਏ ਗੱਲਾਂ ਬਾਤਾਂ ਕਰ ਲਈਏ ਉਹ ਤੋਂ ਬਾਅਦ ਜਾਵਾਂਗੇ ਠੀਕ ਆ ਅਤੇ ਕਿਰਨ ਆਉਣ ਦੀ ਵੇ ਮਤਲਬ ਡਿਊਟੀ 'ਤੇ ਹੋਣੀ ਆ ਜਿਹੜੀ ਕਿਸੇ ਦੇ ਆਏ 'ਤੇ ਹੁੰਦੀ ਸਾਰਿਆਂ ਦੀ ਹਾਂਜੀ ਡਿਊਟੀ 'ਤੇ ਮੈਨੂੰ ਲੱਗਿਆ ਸੀ ਮੈਂ ਕਿਰਨ ਡਿਊਟੀ 'ਤੇ ਹੋਣੀ ਆ ਕੀ ਕਰਦੇ ਚਾਹੇ ਬਣਾ ਰਹੇ ਹੋ ਮਿੱਠਾ ਤੇਜ਼ ਹੈ ਕਿ ਨਮਕ ਨਮਕ ਹੈ ਤਾਂ ਮੈਂ ਕੰਮ ਕਿਹੜਾ ਸੀ ਮਿੱਠਾ ਕੰਮ ਪੀਤੇ ਹੋ ਕਿਉਂ ਮੋਟੇ ਹੋ ਜਾਓਗੇ ਚਲੋ ਠੀਕ ਹੈ ਮਿਲਦੇ ਤੁਹਾਨੂੰ ਥੋੜੇ ਟਾਈਮ ਤੱਕ ਦੁਬਾਰਾ ਕਰਤਾ ਉਹੀ ਕੰਮ ਜਿੱਤੋਂ ਮੈਂ ਡਰਦਾ ਸੀ ਡਰਦਾ ਸੀ ਹਾਂ ਬਈ ਲੋਸ਼ਨ ਲਾਈ ਜਾਣੀ ਉੱਠ ਕੇ ਆ ਟਾਈਮ ਆ ਉੱਠਣ ਦਾ ਹੈ ਕਿਰਨ ਨਾਲ ਢਿੱਲੀ ਵੀ ਸੀਗੀ ਵਿਚਾਰੀ ਨੂੰ ਬੁਖਾਰ ਚੜਿਆ ਸੀ ਸਵੀਰ ਦੀ ਨੂੰ ਤਾਂ ਕਰਕੇ ਉਹਨੂੰ ਆ ਪਿੰਪਲ ਜੀ ਵੀ ਤੇਰੀ ਤਾਂ ਹੀ ਨਿਕਲੇ ਬੁਖਾਰ 'ਚ ਨਿਕਲਦੀ ਹੁੰਦੀ ਤੈਨੂੰ ਪਤਾ ਇੱਦਾਂ ਹੁੰਦੀ ਆ ਆਹ ਹੋ ਗਿਆ ਟਾਈਮ ਜੇ ਮੈਂ ਉਹ ਕਲਿੱਪ 'ਚ ਕਿਹਾ ਸੀਗਾ ਵੀ ਕੋਈ ਆਇਆ ਆ ਮਿਲ ਕੇ ਉਹ ਤੋਂ ਬਾਅਦ ਮੈਂ ਜਾਂਦਾ ਹਾਂ ਥੋੜ੍ਹਾ ਟਾਈਮ ਬੈਠ ਲਈਏ ਉਹਨਾਂ ਕੋਲ ਬੈਠਾ ਸੀ ਪਰ ਇੰਨਾ ਟਾਈਮ ਨਹੀਂ 10 ਮਿੰਟ ਬੈਠਾ ਸੀ 10 ਮਿੰਟ ਬੈਠ ਕੇ ਮੈਂ ਰੋਟੀ ਖਾ ਲੈਂਦੇ ਹੁਣ ਰੋਟੀ ਖਾ ਕੇ ਚੱਲ ਜਾਂਦੇ ਅੱਧਾ ਘੰਟਾ ਆਰਾਮ ਹੀ ਕਰਨਾ ਜਾਂ ਕਿਆ ਹੋ ਗਿਆ ਰੋਟੀ ਖਾਧੀ ਯਾਰਾਂ ਨੇ ਅੱਧਾ ਘੰਟਾ ਆਰਾਮ ਕਰਨ ਨੂੰ ਪਏ ਸੀ ਅੱਖਾਂ ਬੰਦ ਹੋ ਗਈਆਂ ਨੀਂਦ ਆ ਗਈ ਸੋ 1 ਵਜੇ ਤੇ ਸੁੱਤੇ ਪਏ ਯਾਰ ਹੁਣ 5 ਵਜੇ ਉੱਠੇ ਨੇ ਕਿਆ ਬਾਤ ਹੈ ਅਸੀਂ ਕਰਨੀਆਂ ਤਰੱਕੀਆਂ ਸਾਨੂੰ ਦੇਖੋ ਆਹ ਸ਼ਕਲਾਂ ਹੋਣੀਆਂ ਤਰੱਕੀਆਂ ਵਾਲੀਆਂ ਇੱਧਰ ਵੀ ਆ ਵੀ ਹਾਂਜੀ ਆਹ ਸ਼ਕਲਾਂ ਹੋਣੀਆਂ ਤਰੱਕੀ ਵਾਲੀਆਂ ਚਲੋ ਵਿਹਲੇ ਕਿੱਥੋਂ ਸੀ ਮੈਂ ਜਾਣਾ ਸੀ ਟਰੈਕਟਰ ਲੈ ਕੇ ਹੁਣ ਮੈਂ 5 ਵਜੇ ਸੀਗਾ ਕਪਤਾਨ ਦਾ ਟਾਈਮ ਪਰ ਹੁਣ ਕਪਤਾਨ ਨੂੰ ਮਤਲਬ ਮਿਸ ਕਰਨਾ ਪੈਣਾ ਕਪਤਾਨ ਨੂੰ ਮੁੜ ਕੇ ਘੁਮਾਊਂਗਾ ਪਹਿਲਾਂ ਉਹ ਕਰਕੇ ਆਈਏ ਕਿਉਂਕਿ ਅੱਜ ਆਪਾਂ ਕੁਛ ਨਹੀਂ ਕੀਤਾ ਗਾ ਸੋਚਿਆ ਸੀਗਾ ਜਿਹੜਾ ਕੰਮ ਕਰਨਾ ਆ ਇਹ ਰੋਜ਼ ਹੀ ਰਹਿਣ ਦਿੰਦਾ ਫਿਰ ਰਹਿੰਦਾ ਰਹਿੰਦਾ ਰਹਿ ਜਾਂਦਾ ਆ ਕਿਆ ਬੋਲਦੀ ਪਬਲਿਕ ਠੀਕ ਆ ਹੁਣ ਸਿਰ ਹਟ ਗਿਆ ਨਾਲੇ ਗੋਲੀ ਖਾਧੀ ਸੀ ਦਵਾਈ ਲੈਣੀ ਵਾਲੀ ਹੈ ਟਰੈਕਟਰ 'ਤੇ ਲੈ ਕੇ ਆਈਏ ਨਹੀਂ ਦੇਖ ਲਾ ਆਉਂਦਾ ਆਉਂਦਾ ਲਿਆ ਪੱਕੀ ਗੱਲ ਠੀਕ ਆ ਚਾਹ ਪੀ ਲਈ ਚੱਲ ਫਿਰ ਹੁਣ ਤੂੰ ਜਾਨੂੰ ਆਰਾਮ ਰੂਮ ਕਰ ਦੇਖ ਜਾਓ ਕੰਮ ਕੁੰਮ ਕਰਨੇ ਵਾਲਾ ਸਬਜ਼ੀ ਬਣਾ ਲਈ ਸਵੇਰੇ ਬੋਲਿਆ ਸਵੇਰੇ ਕੰਮ ਕਰ ਲਿਆ ਤੈਨੂੰ ਪਤਾ ਸੀ ਬਿਮਾਰ ਹੋਣਾ ਤੈਨੂੰ ਗੁੱਡ ਬਾਈ ਕਰਨੀਆਂ ਸੀਗੀਆਂ ਵੀ ਮੈਂ ਬਿਮਾਰ ਰਹਿਣਾ ਮੈਂ ਹੁਣੇ ਸਬਜ਼ੀ ਕਰ ਬਣਾ ਲਵਾਂ ਹੈ ਚੱਲ ਦਾਲ ਹੋ ਜਿਹੜੀ ਮਸਾਂ ਹੀ ਬਣਾਈ ਸੀ ਬੜੀ ਸਵਾਦ ਬਣੀ ਸੀ ਯਾਰ ਪੀਲੀ ਦਾਲ ਜਿਹਨੂੰ ਕਹਿੰਦੇ ਕਹਿੰਦੇ ਮਸਲੇ ਕੌਣ ਹੁੰਦੇ ਆ ਕੀ ਪਤਾ ਤੂੰ ਸਾਰਿਆਂ ਨੂੰ ਕਿਸੇ ਪਾਸੇ ਨਾ ਜ਼ਿਆਦਾ ਉਹਨੂੰ ਪੀਲੀ ਦਾਲ ਕਹਿੰਦੇ ਮੇਰੇ ਹਿਸਾਬ ਨਾਲ ਸੋ ਪੀਲੀ ਦਾਲ ਜੇ ਕਰਨੇ ਬਣਾਈ ਸੀ ਬੰਬ ਐਂ ਐਂਡ ਗੱਲਬਾਤ ਕਰਾਤੀ ਡੈਡੀ ਕਹਿੰਦੇ ਮੀਟ ਵੀ ਕੀ ਹੈ ਮੋਰੇ ਉਹ ਅੱਜ ਪਤਾ ਹੈ ਤਰੀਫ ਹੋ ਗਈ ਹੈ ਗਰੇਲੇ ਹਮੇਸ਼ਾ ਕਹਿੰਦੇ ਹੁੰਦਾ ਲੂਣ ਨਹੀਂ ਪਾਉਂਦੀ ਲੂਣ ਘੱਟ ਜਿਹੜੇ ਮਿਰਚ ਘੱਟ ਸੀ ਇਹ ਵਿਚਾਰੀ ਨਾ ਆਪਣੇ ਵੱਲ ਜ਼ਿਆਦਾ ਪਾਉਂਦੀ ਹੁੰਦੀ ਆ ਲੂਣੇ ਘੱਟ ਹੁੰਦਾ ਬਾਕੀ ਸਭ ਵਧੀਆ ਹੁੰਦਾ ਮਿਰਚ ਤਾਂ ਵਧੀਆ ਪਾਉਣੀ ਹੁੰਦੀ ਆ ਚਲੋ ਠੀਕ ਆ ਅਤੇ ਹੁਣ ਆਪਾਂ ਉੱਠੀਏ ਚਾਹ ਪੀ ਲਈ ਆ ਚਾਹ ਉੱਦਾਂ ਤਾਂ ਪੀਣੀ ਨਹੀਂ ਸੀ ਪਰ ਅੱਜ ਕੱਲ੍ਹ ਜਿੰਮ ਗਏ ਹਾਂ ਜਿੰਮ ਨਹੀਂ ਗਏ ਡਾਈਟ ਵੀ ਖਰਾਬ ਬ੍ਰੋ ਟਰੈਕਟਰ ਆਪਣਾ ਆ ਗਿਆ ਅਤੇ ਉਹ ਬਾਈ ਕਹਿੰਦਾ ਜਿਹੜਾ ਤਾਸ਼ ਵਾਲਾ ਪੱਤਾ ਆ ਉਹ ਤਾਂ ਸ਼ਾਇਦ ਬਣਿਆ ਬਣਾਇਆ ਆਉਂਦਾ ਆ ਅਤੇ ਉਹ ਹੁਣ ਦੇਖਦੇ ਹਾਂ ਜੇ ਇੱਥੇ ਕੋਈ ਹੱਲ ਹੁੰਦਾ ਹੋਇਆ ਠੀਕ ਆ ਨਹੀਂ ਤਾਂ ਫਿਰ ਉਹ ਕਹਿੰਦੇ ਕੱਲ੍ਹ ਹੀ ਆਪਾਂ ਤੁਹਾਨੂੰ ਜਲੰਧਰ ਨੂੰ ਨਹੀਂ ਜਾਣਾ ਜਲੰਧਰ ਨੂੰ ਮਿਲੂਗਾ ਨਾਪ ਲੈ ਲੂਗੇ ਜਦੋਂ ਆਹ ਮੋਹਰੇ ਵਾਲਾ ਕੰਮ ਕਰਾਈ ਉਹ ਤੁਹਾਨੂੰ ਦਿਖਾਉਣਾ ਮੈਂ ਕੀ ਕਰਾਉਣਾ ਦੇਖਦੇ ਹਾਂ ਇੱਕ ਆਪਾਂ ਉਹ ਬਾਜ ਵਾਲਾ ਤਾਂ ਮੈਂ ਫੋਟੋ ਹੋਰ ਸੀਗੀ ਪਰ ਉਹ ਨਿਕਲਦਾ ਨਹੀਂ ਪਿਆ ਉਹ ਬਾਜ ਵਾਲਾ ਕਢਾਵਾਂਗੇ ਅਤੇ ਇੱਕ ਥੱਲੇ ਉਹ ਜੱਸਾ ਜੱਟ ਠੀਕ ਆ ਜੱਸਾ ਜੱਟ ਕਿਉਂਕਿ ਡੈਡੀ ਦਾ ਨਾਂ ਜਿਹੜਾ ਪੱਕਾ ਜਸਵਿੰਦਰ ਸਿੰਘ ਵੈਸੇ ਸਾਰੇ ਜੱਸਾ ਹੀ ਕਹਿੰਦੇ ਆ ਸੋ ਨਾਲ ਹੀ ਡੈਡੀ ਨੂੰ ਹਜੇ ਪਤਾ ਨਹੀਂ ਕੁਛ ਵੀ ਵਧੀਆ ਲੱਗੂਗਾ ਕਿੱਦਾਂ ਲੰਬਾ ਠੀਕ ਠੀਕ ਕਰਨਾ ਸਾਡੀ ਸਲਾਹ ਬਣੀ ਸੀ ਆਹ ਪਲੇਟ ਦੇ ਉੱਪਰ ਲਿਖ ਕੇ ਲਾਵਾਂਗੇ ਪਰ ਉਹ ਬਾਈ ਕਹਿੰਦਾ ਫਿਰ ਜਿਹੜਾ ਉਹ ਨਾ ਚੇਪੀ ਦੇ ਨਾਲ ਜੋੜਨਾ ਪੈਣਾ ਅਤੇ ਉਹ ਫਿਰ ਕਿਸੇ ਟਾਈਮ ਵੀ ਡਬਲ ਟੇਪ ਦੇ ਨਾਲ
ਕਿਉਂਕਿ ਵਿੱਚ ਸਰਾਖ ਨਹੀਂ ਹੋਣਾ ਲੱਗਾ ਇੱਦਾਂ ਅਤੇ ਆਪਾਂ ਹੁਣ ਉਹ ਪੇਪਰ ਨਾਲੇ ਲਾਵਾਂਗੇ ਹਜੇ ਫਿਰ ਦੇਖਾਂਗੇ ਕੁਛ ਜੇ ਅੱਗੇ ਚੇਂਜ ਹੁੰਦਾ ਹੋਇਆ ਫਿਰ ਕਰ ਲਵਾਂਗੇ ਅੱਗੇ ਵੀ ਮੈਂ ਜਿਹੜੇ ਸਪੀਕਰ ਸਪੂਕਰ ਲਵਾਉਣਾ ਉਹਨਾਂ ਇੱਥੋਂ ਲਵਾਉਣਾ ਹੁੰਦਾ ਹੈ ਇੱਥੇ ਆਪਾਂ ਲਗਾਉਣਾ ਹੈਗਾ ਆ ਜੱਸਾ ਜੱਟ ਅਤੇ ਇੱਥੇ ਬਾਜ ਅਤੇ ਜਿਹੜਾ ਕਿਸਾਨ ਮਜ਼ਦੂਰ ਇੱਕ ਤਾਂ ਆ ਉਹ ਆਪਾਂ ਛਤਰੀ ਦੀ ਬੈਕ 'ਤੇ ਲਵਾਉਣਾ ਉਹ ਜੇ ਨਾਪ ਲੈਣਾ ਆ ਦੋ ਚੀਜ਼ਾਂ ਦਾ ਨਾਪ ਲੈ ਲਿਆ ਆ ਉਹ ਕੱਢਦੇ ਪਏ ਹਾਂ ਬਾਕੀ ਜੇ ਹੋਰ ਵੀ ਕੁਛ ਹੁੰਦਾ ਉਹ ਵੀ ਦੱਸੋ ਜੇ ਕੁਝ ਹੋਰ ਚੀਜ਼ ਦਾ ਸਾਨੂੰ ਹੋਊਗਾ ਕਾਫੀ ਜਣੇ ਕਮੈਂਟ ਕਰਾਂਗੇ ਉਹਨੂੰ ਟਰੈਕਟਰਾਂ ਬਾਰੇ ਪਤਾ ਆ ਜੇ ਕੋਈ ਹੋਰ ਚੀਜ਼ ਨਵੀਂ ਟ੍ਰੈਂਡ ਚੱਲਦੀ ਆ ਉਹਦਾ ਵੀ ਕਮੈਂਟ ਕਰਿਓ ਮੈਂ ਉਹ ਵੀ ਆਪਾਂ ਕਰਾਵਾਂਗੇ ਇੱਦਾਂ ਸਪੀਕਰ ਸਟੂਕਰ ਰਿਲੇਟਡ ਇੱਕ ਸਟੀਕਰ ਆਪਣਾ ਡਨ ਦੂਸਰਾ ਸਟੀਕਰ ਹੁਣ ਬਾਜ ਵਾਲਾ ਜਿਹੜਾ ਮੈਨੂੰ ਪਹਿਲਾਂ ਦੁਕਾਨ ਸਿਲੈਕਟ ਕੀਤਾ ਆ ਦੱਸਿਓ ਕਿੱਦਾਂ ਦੇ ਲੱਗਦੇ ਆ ਕਮੈਂਟ ਕਰਕੇ ਜ਼ਰੂਰ ਦੱਸਿਓ ਸੋਹਣੇ ਲੱਗਦੇ ਆ ਅਤੇ ਕੁਛ ਹੋਰ ਕਰਾਉਣਾ ਚਾਹੀਦਾ ਜੀ ਹਾਂ ਐਂਗਲ ਬਣ ਗਿਆ ਮੂਹਰੇ ਠੀਕ ਆ ਬਣਦੀ ਗੱਲਬਾਤ ਅਤੇ ਹੁਣ ਉਹ ਪਿੱਛੇ ਵਾਲਾ ਨਾਪ ਆਪਾਂ ਲੈ ਲਿਆ ਆ ਪਹਿਲਾਂ ਮੇਰੀ ਸਲਾਹ ਸੀ ਛਤਰੀ ਉੱਪਰ ਲਿਖਾਉਣ ਦੀ ਪਰ ਹੁਣ ਆਪਾਂ ਸਿਸਟਮ 'ਚ ਲਿਖਾਵਾਂਗੇ ਜਿਹੜਾ ਦਿਖੂਗਾ ਵੀ ਚੰਗੀ ਤਰ੍ਹਾਂ ਛਤਰੀ ਤੋਂ ਲੰਬੀਦਾਰ ਦਿਖਣਾ ਨਹੀਂ ਸੀ ਪੂਰਾ ਅਤੇ ਉਹ ਲਿਖਾਂਗੇ ਆਪਾਂ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਠੀਕ ਆ ਵੇਟ ਅਤੇ ਕਾਫੀ ਜਣਿਆਂ ਦੇ ਕਮੈਂਟ ਆਊਗੇ ਕਿ ਉਹ ਜਿਹੜੀਆਂ ਸਾਈਡ ਵਾਲੀਆਂ ਆ ਉੱਤੇ ਬਲੈਕ ਪੇਪਰ ਲਵਾ ਦਿਓ ਸਲਾਹ ਤਾਂ ਮੇਰੀ ਹੈਗੀ ਆ ਪਰ ਪਤਾ ਨਹੀਂ ਦੇਖਦੇ ਹਾਂ ਕੀ ਬਣਦਾ ਅੱਜ ਟਾਈਮ ਵੀ ਬਹੁਤ ਹੋ ਗਿਆ ਉਹਦੇ ਭਾਅ ਜੀ ਬਰੀਕੀ ਵਾਲਾ ਕੰਮ ਆ ਨਾ ਨਿਗਾਹ ਨਹੀਂ ਨਾ ਡਿੱਗਦੀ ਹਾਂ ਦਿਨੇ ਦਿਨੇ ਸੈੱਟ ਆ ਰਾਤ ਨੂੰ ਪਤਾ ਨਹੀਂ ਲੱਗਦਾ ਹੋਣਾ ਨਹੀਂ ਤਦੇ ਟਾਈਮ ਨਾਲ ਨਿਕਲਣਾ ਚਾਹੀਦਾ ਟਾਈਮ ਨਾਲ ਤਦੇ ਤਾਂ ਟਾਈਮ ਨਾਲ ਨਿਕਲਣਾ ਚਾਹੀਦਾ ਕਿਉਂ ਦੇਖਦਾ ਹੈ ਨਹੀਂ ਗਾ ਫਿਰ ਫਾਇਦਾ ਨਹੀਂ ਹੈ ਨਾ ਅਗਲੇ ਦੇ ਕੰਮ ਆਵੇ ਨਾ ਆਪਦੇ ਕੰਮ ਆਵੇ ਸਹੀ ਗੱਲ ਆ ਫਾਈਨਲੀ ਜਿਹੜਾ ਜਿਹੜਾ ਵੀ ਆਪਣਾ ਕੰਮ ਸੀ ਉਹ ਆਪਣਾ ਹੋ ਗਿਆ ਹੁਣ ਤੁਹਾਨੂੰ ਆਵਾਜ਼ ਘੱਟ ਸੁਣਨੀ ਕਿਉਂਕਿ ਸਲੰਸਰ ਇੱਦਾਂ ਦਾ ਹੈ ਸਲੰਸਰ ਦੀ ਆਵਾਜ਼ ਜ਼ਿਆਦਾ ਆ ਅਤੇ ਹੁਣ ਮੈਂ ਗਾਣੇ ਗੁਣੇ ਲਾ ਲਵਾਂ ਟਾਈਮ ਹੋ ਗਿਆ 6:30 ਘੰਟੇ ਤੋਂ ਉੱਪਰ ਹੋ ਗਿਆ ਮੈਨੂੰ ਲੱਗਦਾ ਆਏ ਨੂੰ ਮੈਨੂੰ ਅਤੇ ਹੁਣ ਆਪਾਂ ਚੱਲੀਏ ਫਿਰ ਦੁਬਾਰਾ ਮੈਂ ਤੁਹਾਨੂੰ ਘਰ ਜਾ ਕੇ ਮਿਲਦਾ ਠੀਕ ਆ ਬਾਏ ਡੈਡੀ ਦਾ ਨਾਮ ਵਾਜ ਕਿੱਦਾਂ ਅੱਛਾ ਆ ਰਹਿੰਦਾ ਆ ਹਨਾ ਠੀਕ ਲੱਗਦਾ ਹਾਂ ਬੰਦ ਕਰ ਦੇ ਲਾਈਟ ਇਦਾਂ ਵੀਡੀਓ ਨਹੀਂ ਬਣਦੀ ਪਿੱਛੇ ਵੀ ਲਵਾਇਆ ਇਹਦੇ ਅੱਛਾ ਦੋ ਆ ਆ ਇੱਥੇ ਵੀ ਕਰਾਉਣਾ ਸੀ ਅਜੇ ਉਹ ਹੁਣ ਦੇਖਦੇ ਆ ਪ੍ਰਿੰਟ ਆਊਗਾ ਕਿ ਦੋਨਾਂ ਅੱਛਾ ਉੱਪਰ ਉਹ ਲਵਾਇਆ ਆ ਵਧੀਆ ਲੱਗਦਾ ਸੋਹਣਾ ਲੱਗਦਾ ਤੇ ਉੱਥੇ ਵਾਲਾ ਪ੍ਰਿੰਟ ਆਉਣਾ ਹਜੇ ਉਹ ਇਦਾਂ ਪੇਪਰ ਨਹੀਂ ਲੱਗਦਾ ਹੈਗਾ ਇੱਥੇ ਜੇ ਪੇਪਰ ਲਾਵਾਂਗੇ ਫਿਰ ਉਹ ਬਲੈਕ ਦੇ ਵਿੱਚ ਦਿਖਣਾ ਨਹੀਂ ਇੱਥੇ ਪ੍ਰਿੰਟ ਆਊਗਾ ਬਹੁਤ ਚਿਰ ਹੋ ਗਿਆ ਐਦਾਂ ਸੋਚਦਿਆਂ ਨੂੰ ਬਹੁਤ ਚਿਰ ਆ ਤੇ ਮੈਂ ਤੇ ਪਵਨੇ ਨੇ ਆਪਾਂ ਸੋਚਿਆ ਵਾ ਬਹੁਤ ਟਾਈਮ ਹੋ ਗਿਆ ਸੋਚਿਆ ਸੀਗਾ ਇਹ ਡੈਡੀ ਨੂੰ ਨਹੀਂ ਪਤਾ ਹਜੇ ਡੈਡੀ ਦੇਖੋ ਕਿਸ ਨੂੰ ਵੀ ਨਹੀਂ ਪਤਾ ਮੰਮੀ ਨੂੰ ਵੀ ਨਹੀਂ ਪਤਾ ਸੀ ਮੰਮੀ ਆ ਜਾ ਬਾਹਰ ਨੂੰ ਵੀ ਕਹਿੰਦੀ ਹੂੰ ਮੰਮੀ ਨੂੰ ਪਤਾ ਹੀ ਨਹੀਂ ਇਹ ਟੀਵੀ ਦੇਖਦੇ ਮੰਮੀ ਲੈ ਟਰੈਕਟਰ ਆ ਗਿਆ
ਵਧੀਆ ਲੱਗਦਾ ਨਾ ਅਗਲੀ ਲੈ ਇਗਲਾ ਡੈਡੀ ਨੂੰ ਸਰਪ੍ਰਾਈਜ਼ ਦੇ ਦੋ ਕਰੇ ਡੈਡੀ ਦਾ ਰਿਐਕਸ਼ਨ ਦੇਖਦੇ ਘਰੇ ਆਉਣ ਦੇ ਕੀ ਹੈ ਦੇਖ ਉਹਦੇ ਦੱਸਾਂਗੇ ਤਾਂ ਆਪਾਂ ਹੀ ਦੁੱਧ ਕਾੜ ਦਾਂਗੇ ਮੈਂ ਕਹਿੰਦਾ ਇਹ ਕੀ ਲਿਖਿਆ ਦੇਖਿਆ ਦੇਖ ਇਹ ਕੀ ਆ ਆ ਤਾਂ ਉਹਨੇ ਕਹਿੰਦਾ ਚਿੜੀ ਲੱਗਦੀ ਆ ਬਾਜ਼ ਨੂੰ ਦੇਖ ਕੇ ਚਿੜੀ ਕਹਿਣਾ ਨੇ ਬਾਜ਼ ਨੂੰ ਚਿੜੀ ਲੱਗਦੀ ਆ ਸਹੀ ਆ ਇਹ ਰਹਿੰਦਾ ਹੀ ਸੀ ਕੰਮ ਜਾਂਦਾ ਅੱਜ ਹੋ ਗਿਆ ਲਓ ਜੀ ਮੈਂ ਤਾਂ ਆ ਗਿਆ ਸੀ ਤੁਸੀਂ ਦੇਖੇ ਮੰਮੀ ਨੇ ਵੀ ਦੇਖ ਲਿਆ ਪਰ ਡੈਡੀ ਤੋਂ ਐਂ ਤਾਂ ਦੇਖੀ ਨਹੀਂ ਕੋਈ ਚੀਜ਼ ਕਰ ਨੋਟ ਨਹੀਂ ਕੀਤੀ ਆ ਕੇ चला जा फिर मम्मी तो पहले बार जिन्हे चलाना मैन लगता तोप लगती ट्रैक्टर ट्रैक्टर अच्छा ट्रैक्टर ही है बनाती जी थले लिखा है नो फार्मर नो फूड जे कहते किसान नहीं फिर अनाज भी नहीं आहो आ फिर अनाज है ही नहीं दुगना फलूगा बहुत वधिया जिहड़ा मेहनत बंदा करदा तरक्की करूगा बस साफ सुथरी है मेहनत भी साफ सुथरी चाहिए मेहनत साफ सुथरी चाहिए तरक्की महाराज बहुत देखी हजे गड्डी दे तू क्या करदा फोटो ले लाला खुश हो गए ऐदा सरदार चाहिए आदा सारे सरदार तो ओ टॉमी कर दिंदे टॉमी थोन सी टॉमी साडा जिहड़ा पहला कुत्ता जदों छोटा जिहा सी उदों लियांदा सी ओह हुण बेचारा दो दो तीन साल पहले ब्लॉग च नहीं टिकटॉक ते शायद किसे ने किते होगा आया होया ओह 18.5-19 साल दा होके ना तां मरिया सी ओह ऐ करदा हुंदा सी चलो डैडी मतलब खुश हो गया ठीक है ही रह गया काम मैं महाराज ने आप गल मैं तू आ चीजा छड़ दे सब कुछ होगा ठीक है सब कुछ खड़ा है मैं भी खड़ा नाल मेरा कक नहीं का पिगड़िया सही गल है तुसी जे गुरु दे भरोसा सामने करना ते तुसी बहुत बड़े बंदे बन सकते हो ते मैं गुरु दे नाल इत्थे खड़ा हां ਇੱਦਾਂ ਮੇਰਾ ਡੈਡੀ ਸਾਨੂੰ ਸਟੋਰੀ ਸੁਣਾਉਂਦਾ ਹੁੰਦਾ ਵੀ ਡੈਡੀ ਦੇ ਸੁਪਨੇ ਚ ਆਏ ਬਾਈ ਕਹਿੰਦੇ ਜੇ ਤੂੰ ਗਲਤ ਚੀਜ਼ਾਂ ਖਾਣਾ ਪੀਣਾ ਛੱਡ ਦੇ ਸਾਰਾ ਵੀ ਬਣ ਤੇ ਇਦਾਂ ਹੀ ਹੋਈ ਆ ਵੀ ਡੈਡੀ ਕਹਿੰਦਾ ਸੋ ਸਾਰੇ ਜਾਣੇ ਨਾਮ ਲਿਆ ਕਰੋ ਗੁਰੂ ਦਾ ਹੈ ਮਹਾਰਾਜ ਤੋਂ ਵੱਡਾ ਕੋਈ ਨਹੀਂ ਹੈ ਬਸ ਠੀਕ ਹੈ ਤੇ ਉਹਦੇ ਬਗੈਰ ਪੱਤਾ ਨਹੀਂ ਝੁੱਲਦਾ ਸਹੀ ਤੁਸੀਂ ਨਾਲ ਹੀ ਜਾਂਦੇ ਆ ਤੁਸੀਂ ਆਟੋਮੈਟਿਕ ਤਰੱਕੀ ਕਰੀ ਜਾਂਦੇ ਆਪਣੇ ਆਪ ਸਹੀ ਹੈ ਚਲੋ ਠੀਕ ਹੈ ਮਤਲਬ ਪਸੰਦ ਆ ਗਿਆ ਮੈਂ ਕਿਹਾ ਪਤਾ ਨਹੀਂ ਗਾਲਾਂ ਕੱਢੀਆਂ ਡੈਡੀ ਨੇ मेनु लगता पहला वीडियो पूरी हुंदी नहीं थी हुण पूरी तो भी पूरी हो जानी है जाई हालात रहता चलो ठीक है ओ बस तेनू की होया
हाँ जी, तो ये वाली वीडियो आप इतें ही एंड करते हैं क्योंकि ये वीडियो बड़ी होगी, हम मैं एंडिंग वेले थोड़ी जी होर गल नहीं कर सकता जी गल। कमेंट करके जरूर दस्यो भी वधिया लगे, जो कुछ होर हुंदा होया वह भी दस्यो, ठीक है, जिहड़ा रह गया होवे, ठीक है। किरण का सिर दुखद है, सो चलो मिलते हैं तुहानू आपां नैक्सट वीडियो, बाकी ट्रैक्टर रिलेटड गल्लां जिहड़ियां नैक्सट वीडियो करांगे, तो होर भी साडे सरप्राइज आने वाले एक दो तकड़े एंड गलबात जिहड़ी होने वाली है, वो सानू भी फोन आया सी अज्ज, बस हुण फाइनली समझो गल। चलो मिलते हैं हुण आपां नैक्सट वीडियो, वीडियो लाइक करना जरूर करो, चैनल में सबसक्राइब कर लियो, इंस्टाग्राम से स्नैपचैट की आईडी हैगी 41 41 पवन किमी 41 बाय।